ਨਰਿੰਦਰ ਮੋਦੀ ਦੇ 3 ਸਾਲਾਂ ਦੇ ਕਾਰਜਕਾਲ ਤੋਂ ਬਾਅਦ ਵੱਖ-ਵੱਖ ਲੀਡਰਾਂ ਵੱਲੋਂ ਸਿਆਸੀ ਬਿਆਨ ਸਾਹਮਣੇ ਆ ਰਹੇ ਨੇ। ਬੀਤੇ ਦਿਨੀ ਕਾਂਗਰਸ ਦੇ ਸੀਨੀਅਰ ਆਗੂ ਕਮਲਨਾਥ ਨੇ ਜਿੱਥੇ ਨਰਿੰਦਰ ਮੋਦੀ ਦੇ ਇਸ 3 ਸਾਲਾਂ ਦੇ ਕਾਰਜਕਾਲ ਨੂੰ ਸਿਰਫ ਭਾਸ਼ਣ ਦਾ ਕਾਰਜਕਾਲ ਦੱਸਿਆ, ਉੱਥੇ ਹੀ ਹੁਣ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਨਰਿੰਦਰ ਮੋਦੀ ਦੇ ਇਹਨਾਂ 3 ਸਾਲਾਂ ਨੂੰ ਵੱਡੀ ਪ੍ਰਾਪਤੀ ਦੱਸਿਆ। ਕੀ ਕਹਿਣਾ ਹੈ ਪ੍ਰੇਮ ਸਿੰਘ ਚੰਦੂਮਾਜਰਾ ਦਾ, ਆਓ ਵੇਖਦੇ ਹਾਂ। ਮੋਦੀ ਸਰਕਾਰ ਦੇ 3 ਸਾਲਾਂ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਜੋ ਮੈਂ ਸਮਝਦਾ ਇਸ ਦੇਸ਼ ਦੇ ਲੋਕਾਂ ਨੂੰ ਦਿੱਤੀ ਕਿ ਦੇਸ਼ ਵਿੱਚ ਕਾਲਾ ਧਨ ਜਿਹੜੀ ਬਲੈਕ ਮਾਰਕੀਟਿੰਗ ਸੀਗੀ, ਕਾਲਾ ਬਜ਼ਾਰੀ ਸੀ, ਉਹ ਖਤਮ ਹੋਈ। ਅਤੇ ਦੂਜਾ ਜਿਹੜੇ ਕਰਪਸ਼ਨ ਸੀ, ਕਿਉਂਕਿ 3 ਸਾਲਾਂ ਤੋਂ ਪਹਿਲਾਂ ਰੋਜ਼ਾਨਾ ਅਖਬਾਰਾਂ ਵਿੱਚ ਜਾਂ ਤਾਂ ਵੱਡੇ ਵੱਡੇ ਸਕੈਮ ਆਉਂਦੇ ਸੀ ਜਾਂ ਫਿਰ ਬਲੈਕ ਮਾਰਕੀਟਿੰਗ ਕਾਲੇ ਧਨ ਦੀਆਂ ਗੱਲਾਂ ਆਉਂਦੀਆਂ ਸੀ। ਦੋ ਗੱਲਾਂ ਜਿਹੜੀਆਂ ਦੇਸ਼ ਨੂੰ ਇੱਕ ਬਿਮਾਰੀ ਦੇ ਤੌਰ 'ਤੇ ਲੰਮੇ ਸਮੇਂ ਤੋਂ ਚੁੰਮਦੀਆਂ ਸੀ, ਉਹਨਾਂ ਦਾ ਖਾਤਮਾ ਕਰਨ ਵਾਲੇ ਦੇਸ਼ ਵਧਿਆ, ਉਹਦੇ ਵਿੱਚ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਆ। ਦੂਜਾ ਮੈਂ ਸਮਝਦਾ ਕਿ ਦੇਸ਼ ਦੇ ਵਿੱਚ ਜਿਹੜਾ ਵਿਕਾਸ ਮਾਡਲ ਲੈ ਕੇ ਆਏ ਮੋਦੀ ਸਾਹਿਬ, ਉਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ 3 ਸਾਲਾਂ ਦੀ ਗਿਣੀ ਜਾ ਸਕਦੀ ਹੈ, ਕਿਉਂਕਿ 3 ਸਾਲਾਂ ਤੋਂ ਪਹਿਲਾਂ ਦੇਸ਼ ਦਾ ਵਿਕਾਸ ਮਾਡਲ ਚੰਦ ਕੁ ਲੋਕਾਂ ਨੂੰ ਪਾਲਦਾ ਸੀ, ਦੇਸ਼ ਦਾ ਸਰਮਾਇਆ ਕੁਝ ਲੋਕਾਂ ਦੇ ਹੱਥਾਂ ਵਿੱਚ ਜਮ੍ਹਾਂ ਹੋ ਰਿਹਾ ਸੀ। ਪਰ 3 ਸਾਲਾਂ ਤੋਂ ਬਾਅਦ ਐਸੀਆਂ ਸਕੀਮਾਂ ਆਈਆਂ ਜਿਹਦੇ ਨਾਲ ਦੇਸ਼ ਦਾ ਸਰਮਾਇਆ ਆਮ ਲੋਕਾਂ ਦੇ ਹੱਥਾਂ ਵਿੱਚ ਗਿਆ ਔਰ ਸਰਕਾਰ ਵੱਲੋਂ ਬਣਾਈਆਂ ਸਕੀਮਾਂ ਜਿਹੜੀਆਂ ਆਮ ਲੋਕਾਂ ਤੱਕ ਪਹੁੰਚੀਆਂ, ਉਹਦੇ ਨਾਲ ਮੈਂ ਸਮਝਦਾ ਕਿ ਓਵਰਆਲ ਡਿਵੈਲਪਮੈਂਟ ਮੁਲਕ ਦੀ, ਓਵਰਆਲ ਲੋਕਾਂ ਨੂੰ ਵਿਕਾਸ ਦਾ ਅਹਿਸਾਸ ਹੋਇਆ, ਇਹ ਮੋਦੀ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਕਹੀਆਂ ਜਾ ਸਕਦੀਆਂ ਨੇ। ਦੂਜਾ, ਇਸ ਮੁਲਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲੰਮੇ ਸਮੇਂ ਤੋਂ ਮੰਗ ਕਰਦਾ ਆ ਰਿਹਾ ਸੀ, ਸ੍ਰੀ ਅਨੰਦਪੁਰ ਸਾਹਿਬ ਮਤਾ ਵੀ ਪਾਇਆ ਜਿਹਨੂੰ ਅਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਨਾਲ ਜਾਣਿਆ ਜਾਂਦਾ, ਕਿ ਦੇਸ਼ ਦੇ ਵਿੱਚ ਫੈਡਰਲਿਜ਼ਮ ਮਜ਼ਬੂਤ ਕਰਨਾ ਚਾਹੀਦਾ, ਦੇਸ਼ ਦੀ ਕੇਂਦਰ ਦੀ ਸਰਕਾਰ ਨੂੰ ਸੂਬਾ ਸਰਕਾਰਾਂ ਦੀ ਭਾਗੀਦਾਰੀ ਕਰਨੀ ਚਾਹੀਦੀ ਹੈ ਜਦੋਂ ਵੀ ਕਿਤੇ ਯੋਜਨਾਵਾਂ ਬਣਨ। ਤਾਂ ਮੈਂ ਸਮਝਦਾ ਕੋਆਪਰੇਟਿਵ ਫੈਡਰਲਿਜ਼ਮ ਦਾ ਕੰਸੈਪਟ ਲਿਆ ਕੇ ਔਰ ਕੇਂਦਰ ਦੇ ਫੰਡ ਜਿਹੜੇ ਨੇ ਉਹਨਾਂ ਵਿੱਚੋਂ ਵੱਧ ਹਿੱਸਾ ਸੂਬਾ ਸਰਕਾਰਾਂ ਨੂੰ ਦੇ ਕੇ, ਇਹ ਵੀ ਮੈਂ ਸਮਝਦਾ ਜਿਹੜਾ ਅਨੰਦਪੁਰ ਮਤੇ ਦਾ ਇੱਕ ਮੰਗ ਸੀ ਉਹਦੀ ਪੂਰਤੀ ਵੱਲ ਮੁਲਕ ਵਧਿਆ, ਇਹ ਵੀ ਇੱਕ ਪ੍ਰਾਪਤੀ ਵਿੱਚੋਂ ਮਿਲਿਆ। ਬਿਊਰੋ ਰਿਪੋਰਟ, ਸਪੋਕਸਮੈਨ TV।